ਸਿਰ ਸਾਡੇ ਤਰਿਆ ਖਾਲੀ ਸਾਡਾ ਪੱਲਾ ਗੁਰਾ ਖੁਸ਼ੀਆਂ ਨਾ ਭਰਿਆ ਮੇਰਾ ਵਾਲਾ ਹੱਥ ਗੁਰਾ ਸਿਰ ਸਾਡੇ ਤਰਿਆ ਖਾਲੀ ਸਾਡਾ ਪੱਲਾ ਗੁਰਾ ਖੁਸ਼ੀਆਂ ਨਾ ਭਰਿਆ
मेरे सतगुर कांछी बालड़िया लड़ते राही एक फड़िया चढ़िया।
ਸੀ ਰੰਗ ਬਦਲ ਦੀ ਦੁਨੀਆ ਵਿੱਚ ਇਸ ਰੰਗ ਬਦਲ ਦੀ ਦੁਨੀਆ ਵਿੱਚ ਕਿਉਂਕਿ ਦੁਨੀਆ ਦੇ ਵਿੱਚ ਜੋ ਰੰਗ ਬਦਲਦੇ ਹਨ ਪਰ ਅਸੀਂ ਉਸ ਪਰਮਾਤਮਾ ਦਾ ਨਾਮ ਲੈ ਕੇ ਉਸ ਦੇ ਵਿੱਚ ਰੰਗੇ ਗਏ ਹਾਂ ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਆਗਮਨ ਪੁਰਬ ਹੈ ਅਸੀਂ ਮਨਾ ਰਹੇ ਹਾਂ ਮਾਂਜਾ ਮਾਰਦੀ ਸਾਡੀ ਕੌਮ ਰਵਿਦਾਸੀਆਂ ਦੀ ਕਦੇ ਨਾ ਪਿੱਛੇ ਹਟਦੀ ਕਦੇ ਨਾ ਪਿੱਛੇ ਹਟਦੀ ਆਓ ਉਸ ਤੋਂ ਪਹਿਲਾਂ ਤੁਹਾਡੀਆਂ ਫਰਮਾਇਸ਼ਾਂ ਤੇ ਉਤਰੀਏ ਆ ਗਿਆ ਰਵਿਦਾਸੀਏ ਵੀ ਆ ਗਿਆ ਰਵਿਦਾਸੀਏ ਕਿਉਂਕਿ ਮੈਂ ਤੁਹਾਨੂੰ ਸਭ ਸੰਗਤਾਂ ਜਿਸ ਟਾਈਮ ਮੈਂ ਇਟਲੀ ਦੀ ਧਰਤੀ ਤੇ ਡੇਰਾ ਸੱਚਖੰਡ ਬੱਲਾਂ ਦੇ ਸੰਤ ਮਹਾਪੁਰਸ਼ ਸ੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਸ੍ਰੀ 108 ਸੰਤ ਸੁਰਿੰਦਰ ਦਾਸ ਬਾਬਾ ਜੀ ਜਿਸ ਟਾਈਮ 2013 ਮਹਾਪੁਰਸ਼ਾਂ ਨੂੰ ਯਾਦ ਕਰੀਏ ਉਸ ਤੋਂ ਬਾਅਦ ਸੰਤ ਰਾਮਾਨੰਦ ਜੀ ਵੀ ਇੱਕ ਰਚਨਾ ਬੋਲਣੀ ਹੈ ਆਓ ਪੇਸ਼ ਕਰਨ ਜਾ ਰਿਹਾ ਆ ਗਏ ਰਵਿਦਾਸੀਏ ਮਾਮੇ ਜ਼ੁਲਮ ਕਰ ਲੈ ਤੇ ਸਿੱਧ ਕਦੇ ਨਾ ਢਉ ਰਵਿਦਾਸੀਆ ਜੀਣਾ ਜੱਗ ਤੇ ਅਣਖ ਦੇ ਨਾਲ ਜੀਣਾ ਓ ਬੱਚਾ ਬੱਚਾ ਗੱਲ ਕਹੂ ਰਵਿਦਾਸੀਆ ਰੱਤੂ ਜਦੋਂ ਤੱਕ ਬਸਦੀ ਰਹੂ ਦੁਨੀਆ ਤੇ ਸਿੱਕਾ ਚੱਲਦਾ ਕਹੂ ਰਵਿਦਾਸੀਆ ਗੁਰੂ ਰਵਿਦਾਸ ਸ਼ਕਤੀ ਗੁਰੂ ਰਵਿਦਾਸ ਸ਼ਕਤੀ ਉਹ ਸ਼ੇਰਾਂ ਵਰਗੇ ਹੌਸਲੇ ਲੈ ਕੇ ਨਾਮ ਗੁਰੂ ਰਵਿਦਾਸ ਜੀ ਦਾ ਲੈ ਕੇ ਸੰਤ ਮਹਾਂਪੁਰਸ਼ ਸਾਡੀਆਂ ਬੀਬੀਆਂ ਬਹੁਤ ਸਾਰਾ ਮਾਣ ਕਰਦੇ ਨੇ ਬਹੁਤ ਬਹੁਤ ਕਿਉਂਕਿ ਤੁਗਲਕਾਬਾਦ ਮੰਦਿਰ ਦੀ ਗੱਲ ਕਰਦੇ ਆ ਜਿੱਥੇ ਬੀਬੀ ਕ੍ਰਿਸ਼ਨਾ ਦੇਵ ਜੀ ਮਹਾਰਾਜ ਸੰਤਾਂ ਮੰਨੇ ਉਹਨਾਂ ਦੇ ਨਾਲ ਜਿੰਨੇ ਵੀ ਸੰਤ ਮਹਾਂਪੁਰਸ਼ ਨੇ ਪੂਰੀ ਟੀਮ ਨੇ ਬਹੁਤ ਸੰਘਰਸ਼ ਕੀਤਾ ਕਿਉਂਕਿ ਮੈਂ ਨਾਲ ਮਹਾਰਾਜ ਜੀ ਦੇ ਨਾਲ ਰਿਹਾ ਮੈਨੂੰ ਯਾਦ ਆ ਵੀ ਕਿੰਨੇ ਦਿਨ ਅਸੀਂ ਕੋਈ ਵੀ ਸੰਤ ਮਹਾਂਪੁਰਸ਼ ਸ਼ਾਇਦ ਇੰਨੇ ਦਿਨ ਨਹੀਂ ਗਿਆ ਹੋਵੇਗਾ ਜਿੰਨਾ ਇਸ ਡੇਰੇ ਦਾ ਇਸ ਨਗਰ ਦਾ ਇਹਨਾਂ ਸੰਤਾਂ ਦਾ ਸਹਿਯੋਗ ਹੈ ਚਾਹੇ ਅੱਜ ਜਿੱਥੇ ਮਰਜ਼ੀ ਕੋਈ ਵੀ ਖੜ ਜਾਵੇ ਪਰ ਇਹਨਾਂ ਸੰਤਾਂ ਦੀ ਕੋਈ ਰੀਸ ਨਹੀਂ ਕਰ ਸਕਦਾ ਗੁਰੂ ਪਿਆਰੀ ਸਾਧ ਸੰਗਤ ਜੀ ਆ ਜਾ ਸੰਤਾਂ ਮਹਾਂਪੁਰਸ਼ਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਕਿਉਂਕਿ ਕਲਾਕਾਰਾਂ ਦਾ ਬਹੁਤ ਹੌਸਲਾ ਵਧਾਈ ਕਰਦੇ ਨੇ ਜਿੱਥੇ ਮਰਜ਼ੀ ਮਹਾਰਾਜ ਪ੍ਰਚਾਰ ਕਰਨ ਪਰ ਕਲਾਕਾਰਾਂ ਦਾ ਨਾਂ ਜ਼ਰੂਰ ਲੈਂਦੇ ਨੇ ਕਿਉਂਕਿ ਕਲਾਕਾਰਾਂ ਦੀ ਵੀ ਬਹੁਤ ਦੇਣ ਹੈ
ਮਿਸ਼ਨ ਧਾਰੀਏ, ਮਿਸ਼ਨ ਧਾਰੀਏ ਜੀ, ਮਿਸ਼ਨ ਧਾਰੀਏ। ਹਰ ਵਾਲੇ ਝੰਡੇ, ਹਰ ਵਾਲੇ ਝੰਡੇ ਫੜੀ ਆ ਗਏ ਰੱਬ ਦਾਸੀਏ, ਆ ਗਏ ਆ ਗਏ ਆ ਗਏ ਰੱਬ ਦਾਸੀਏ ਬਈ, ਆ ਗਏ ਰੱਬ ਦਾਸੀਏ, ਆ ਗਏ ਰੱਬ ਦਾਸੀਏ ਬਈ, ਆ ਗਏ ਰੱਬ ਦਾਸੀਏ, ਆ ਗਏ ਰੱਬ ਦਾਸੀਏ ਬਈ, ਆ ਗਏ ਰੱਬ ਦਾਸੀਏ। ਇੱਕ ਵਾਰੀ ਸੰਗਤਾਂ ਨੂੰ ਬੇਨਤੀ ਹੈ, ਤੁਸੀਂ ਵੀ ਬੋਲੋ ਆ ਗਿਆ ਰੱਬ ਦਾਸੀਏ ਬਈ, ਆ ਗਿਆ ਰੱਬ ਦਾਸੀਏ, ਆ ਗਿਆ ਰੱਬ ਦਾਸੀਏ ਬਈ, ਆ ਗਿਆ ਰੱਬ ਦਾਸੀਏ, ਆ ਗਿਆ ਰੱਬ ਦਾਸੀਏ ਬਈ, ਆ ਗਿਆ ਰੱਬ ਦਾਸੀਏ। ਹੋ ਜੋ ਮਨੂ ਜਣੋ, ਹੋ ਜੋ ਮਨੂ ਜਣੋ ਪੱਟਣੇ, ਆ ਗਿਆ ਰੱਬ ਦਾਸੀਏ, ਆ ਗਏ ਆ ਗਏ ਆ ਗਏ ਰੱਬ ਦਾਸੀਏ ਬਈ, ਆ ਗਿਆ ਰੱਬ ਦਾਸੀਏ, ਆ ਗਿਆ ਰੱਬ ਦਾਸੀਏ ਬਈ, ਆ ਗਿਆ ਰੱਬ ਦਾਸੀਏ। ਸੰਤਾਂ ਮਹਾਂਪੁਰਸ਼ਾਂ ਵੱਲੋਂ ਬੜਾ ਉਤਰੇ ਚੜਿਆ ਰੰਗ ਮਜੀਠੀ ਰੰਗ ਵਰਗਾ, ਰੱਤੂ ਚੀਰ ਕੇ ਇੱਕ ਹਨੇਰਿਆ ਦੀ, ਤੇ ਚੰਦ ਚੜਿਆ ਸੀ ਪੁੰਨਿਆ ਦੇ ਵਰਗਾ। ਜੋ ਬੋਲੇ ਸੋ ਨਿਰਭੈ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਕੀ। ਹੋ ਸਭ ਦੁਨੀਆ ਮਰਦੀ ਏ, ਮਰ ਕੇ ਸੰਤ ਕਦੇ ਨਹੀਂ ਮਰਦੇ, ਆਜਾ ਮਰ ਕੇ ਸੰਤ ਕਦੇ ਨਹੀਂ ਮਰਦੇ, ਸਭ ਦੁਨੀਆ ਮਰਦੀ ਏ, ਮਰ ਕੇ ਸੰਤ ਕਦੇ ਨਹੀਂ ਮਰਦੇ, ਹੋ ਸਦਾ ਅਮਰ ਹੀ ਰਹਿੰਦੇ। ਮਰਦੀ ਏ, ਮਰ ਕੇ ਸੰਤ ਕਦੇ
संता दी गिनती मिनती बिच ना आवे निगाहे साधुआ दी भेद जान दी रब दे घर दे सब दुनिया मरदी है मर के संत कदे नहीं मरदे सब दुनिया मरदी है मर के संत कदे नहीं मरदे सब दुनिया मरदी है मर के संत कदे नहीं मरदे मरदे रामानंद महाराज की क्योंकि कोमा दे विच जो शहीदियां पेंदियां ने ते उदों ही बदलाव आउंदा गुरु प्यारी साध संगत जी साडे समाज दे विच पहला भी बहुत सारिया कुर्बानियां होईयां पर कदी किसे ने ना नहीं लिया क्योंकि उभर के जिहड़ा हुण सच समझ आया लोकी पढ़ लिख गए ने साडे बच्चे नौजवान जो पढ़े लिखे ने बाबा साहब अंबेदकर जी नूं पढ़दे ने साडे संतां महापुरशां दे देखो वड्डी गल इह है गुरु प्यारी साध संगत जी इत्थे सुणन तों पहलां किन्ने महापुरश आए जिन्हां ने दुबारा आ बाबा साहब अंबेदकर जी की सोच नूं जिहड़ा नखारिया और बीएसपी पार्टी बनाई और उस तो बाद जो साडे समाज दे अज भी आगू चंद्रशेखर रावण जी जां होर साडे संत महापुरश दिल्ली दे विच संघर्ष करदे ने यूपी दे विच बिहार दे विच किते बैठे नहीं रहिंदे बहुत सारे संत आ जो अपने डेरियां दे विच बह गए बस भगती करी जांदे पर नहीं गुरु प्यारी साध संगत जी तुहाडे सामने ने संत और दिल्ली होवे बंबे होवे मध्य प्रदेश होवे कोई भी शहर होवे पर असीं कई वारी अपने बच्चों को रोकते हैं पर गुरु प्यारी एक उत्साह करने वास्ते इन्हां विच तेजी लियाउण वास्ते तुहानू अगे लिजाउण वास्ते जिहड़ियां पीढ़ियां अगे वध सकन आओ पेश करन जा रहे हैं सौ निरपै सतगुरु रविदास महाराज की बाबा साहब अंबेदकर जी नूं उस टाइम किस तरह संतां महापुरशां ने दलेरी दित्ती है जिस टाइम जिस तरह श्री 108 संत बीबी कृष्णा देव जी महाराज जी के दरबार से क्रांतिकारी बंदे आउंदे ने बुद्धिजीवी आउंदे ने और महाराज तो की लैण आउंदे ने आशीर्वाद लैण ਸਾਡੇ ਵੀਰ ਫਰਮਾਇਸ਼ ਕਰਦੇ ਨੇ ਰਵਿਦਾਸੀਆ ਧਰਮ ਵਿੱਚ ਰਵਿਦਾਸੀਆ ਧਰਮ ਜਨਗਣਨਾ ਵਿੱਚ ਜਿਹੜਾ ਮੈਂ ਗਾਇਆ ਸੌਂਗ ਉਹ ਵੀ ਤੁਹਾਨੂੰ ਸੁਣਾ ਕੇ ਜਾਣਾ ਆਓ ਪਹਿਲਾਂ ਉਹਨਾਂ ਨੂੰ ਚੇਤੇ ਕਰਦੇ ਹੋਏ ਜਿਹੜੀ ਲੜੀ ਛੇੜੀ ਹੈ ਸਤਿਗੁਰ ਸਵਾਮੀ ਸਰਬਣ ਦਾਸ ਮਹਾਰਾਜ ਜੀ ਨੇ ਚਿੱਠੀ ਲਿਖੀ ਉਹਦੇ ਵਿੱਚ ਚਿੱਠੀ ਦੇ ਵਿੱਚ ਕੀ ਵਰਣਨ ਕੀਤਾ ਆਓ ਪੇਸ਼ ਕਰਨ ਜਾ ਰਿਹਾ उस कौम नू सदा इतिहास पूजे दुखड़े हस के कौम जो किते डोली ना घबरावी ना हथ कटड़ बात दे ਮਾਣ ਹੈ ਤੇਰੇ ਤੇ ਮੇਰੀ ਕੌਮ ਦੇ ਬਬਰ ਸ਼ੇਰਾਵੇ
ਦਲਤਾਂ ਦੇ ਵਿਹੜੇ ਵਿੱਚ ਫੇਰਾ ਪਾਊਗੀ ਵਿਹੜੇ ਵਿੱਚ ਫੇਰਾ ਪਾਊਗੀ ਵਿਹੜੇ ਵਿੱਚ ਫੇਰਾ ਪਾਊਗੀ ਉਹ ਜੈ ਭੀਮ ਦਾ ਨਾਰਾ ਲੱਗੂ ਉਹ ਜੈ ਭੀਮ ਦਾ ਉਹ ਜੈ ਭੀਮ ਦਾ ਨਾਰਾ ਲੱਗੂ ਤੇ ਗੂੰਜੂ ਚਾਰ ਛੁਫੇਰਾ ਵੇ ਸਾਨੂੰ ਬਹੁਤ ਮਾਣ ਹੈ ਜਗਤੇ ਜੁਗ 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 ਰਹੂਗਾ ਜਗਤੇ ਆਖਦਾ
ਸਤਦੀ ਅੱਗ ਤੇ ਤੁਰਿਆ ਮੈਂ ਸਤਦੀ ਅੱਗ ਤੇ ਉਹ ਤੁਰਿਆ ਮੈਂ ਸਤਦੀ ਅੱਗ ਤੇ ਉਹਦਾ ਸੁਪਨਾ ਅਧੂਰਾ ਆਪਾਂ ਕਰਨਾ ਆ ਪੂਰਾ ਉਹਦਾ ਸੁਪਨਾ ਅਧੂਰਾ ਆਪਾਂ ਕਰਨਾ ਹੈ ਪੂਰਾ ਝੰਡਾ ਝੁੱਲੇ ਮੂਲ ਵਾਸੀਆਂ ਦੇ ਰਾਜ ਦਾ ਝੁੱਲੇ ਮੂਲ ਵਾਸੀਆਂ ਦੇ ਰਾਜ ਦਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਉਹਨਾਂ ਨੇ ਸੰਗਤ ਕੀਤੀ ਸਾਰੀਆਂ ਸੰਗਤਾਂ ਜਾਣਦੀਆਂ ਨੇ ਜਿਸ ਤਰ੍ਹਾਂ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਸ਼ਹਾਦਤ ਪੀ ਗਏ ਔਰ ਉਹਨਾਂ ਨੂੰ ਪਤਾ ਸੀ ਵੀ ਕੁਰਬਾਨੀ ਕਿਉਂਕਿ ਪਹਿਲਾਂ ਬਹੁਤ ਸਾਰੀਆਂ ਸੰਗਤਾਂ ਉਹਨਾਂ ਨੂੰ ਪੁੱਛਦੀਆਂ ਸਨ ਕਿਉਂਕਿ ਯੂਰਪ ਦੇ ਵਿੱਚ ਸੰਤਾਂ ਮਹਾਂਪੁਰਸ਼ਾਂ ਨਾਲ ਜਾਣ ਦਾ ਮੌਕਾ ਮਿਲਦਾ ਔਰ ਯੂਰਪ ਦੇ ਵਿੱਚ ਪੁੱਛਦੀਆਂ ਸਨ ਸੰਤਾਂ ਮਹਾਂਪੁਰਸ਼ਾਂ ਨੂੰ ਵੀ ਮਹਾਰਾਜ ਸਾਡਾ ਧਰਮ ਸਾਡਾ ਗ੍ਰੰਥ ਸਾਡਾ ਨਾਮ ਲੜੀ ਵਾਰ ਲਾ ਕੇ ਔਰ ਸਾਰੀ ਅੰਮ੍ਰਿਤ ਬਾਣੀ ਸੰਗ੍ਰਹਿ ਕਰਕੇ ਸਾਨੂੰ ਦਿੱਤੀ ਹੈ ਅਸੀਂ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਕੋਟਨ ਕੋਟਨ ਧੰਨਵਾਦ ਵੀ ਕਰਦੇ ਹਾਂ ਗੁਰੂ ਪਿਆਰ ਸਤਸੰਗ ਜੀ ਸਾਡੇ ਜੰਗੀ ਭਾਜੀ ਡੋਲੀ ਕੇ ਦੂੜਿਆਂ ਤੋਂ ਜੋ ਸਤਿਗੁਰੂ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਔਰ ਸੰਤ ਰਾਮਾਨੰਦ ਜੀ ਦੇ ਨਾਲ ਵੀ ਬਹੁਤ ਟਾਈਮ ਇਹਨਾਂ ਨੇ ਗੁਜ਼ਾਰਿਆ ਹੈ ਬਹੁਤ ਅੱਛੀ ਆਵਾਜ਼ ਹੈ ਮੈਂ ਇਹਨਾਂ ਨੂੰ ਵੀ ਕਈ ਵਾਰੀ ਸ਼ਬਦ ਗਾਉਂਦੇ ਆ ਜਦੋਂ ਦੇਖ ਜਾਈਦਾ ਅਸੀਂ ਘਬਰਾ ਜਾਈਦਾ ਹੈਲੋ ਗੁਰੂ ਪਿਆਰੇ ਸਤਸੰਗ ਜੀ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਅੱਜ ਸਾਗੋ ਸਵਾਮੀ ਸਰਵਨਦਾਸ ਮਹਾਰਾਜ ਜੀ ਡੇਰਾ ਸੱਚਖੰਡ ਬੱਲਾਂ ਵਾਲਿਆਂ ਦਾ ਵੀ ਜਨਮ ਦਿਨ ਹੈ ਉਹਨਾਂ ਮਹਾਂਪੁਰਸ਼ਾਂ ਦੇ ਜਨਮ ਦਿਨ ਦੀ ਆਪ ਸੰਗਤਾਂ ਨੂੰ ਵਧਾਈ ਹੋਵੇ ਜੀ ਔਰ ਗੁਰੂ ਪਿਆਰੇ ਸਤਸੰਗ ਜੀ ਆਓ ਮੇਰੂ ਦਰਬਾਰ ਦੇ ਦਰਸ਼ਨ ਦੀਦਾਰ ਹੋਏ ਔਰ ਗੁਰੂ ਪਿਆਰੇ ਸਤਸੰਗ ਜੀ ਮਹਾਰਾਜ ਜੀ ਦੇ ਨਿਸ਼ਾਨ ਸਾਹਿਬ ਜ਼ਿਲ੍ਹਾ ਲਹਿਰਾਉਂਦੇ ਆ ਉੱਥੇ ਗੁਣ ਗਾਉਣ ਦਾ ਮੌਕਾ ਮਿਲਿਆ ਔਰ ਮੈਂ ਥੋੜੀ ਜਿਹੀ ਜਾਣੀ ਕਿ 2 ਮਿੰਟ ਦੀ ਹਾਜ਼ਰੀ ਲਵਾਂ ਗੁਰੂ ਪਿਆਰੇ ਸਤਸੰਗ ਜੀ ਆਓ ਆਪਾਂ ਮਹਾਰਾਜ ਦੇ ਚਰਨਾਂ ਵਿੱਚ ਵਿੱਚ ਨਦੀਆਂ ਕਰ ਕਰ ਗੱਲਾਂ ਕੱਲੀਆਂ ਗੁਰੂ ਜੀ ਤੇਰੇ ਵਿੱਚ ਨਦੀਆਂ ਮਿਸ਼ਨ ਦੀਆਂ ਘਰ ਘਰ ਗੱਲਾਂ ਚੱਲੀਆਂ ਗੁਰੂ ਜੀ ਤੇਰੇ ਮਿਸ਼ਨ ਦੀਆਂ ਮਿਸ਼ਨ ਦੀਆਂ ਘਰ ਘਰ ਗੱਲਾਂ ਚੱਲੀਆਂ ਗੁਰੂ ਜੀ ਤੇਰੇ ਮਿਸ਼ਨ ਦੀਆਂ ਕਾਛੀ ਚਾਰ ਤੋਂ ਬੱਲਾ ਪਿੰਡ ਦੀਆਂ ਸੰਗਤਾਂ ਮੱਲੀਆਂ ਗੁਰੂ ਜੀ ਤੇਰੇ ਗੁਰੂ ਪਿਆਰੇ ਸਤਸੰਗ ਜੀ ਇੰਨੀ ਕਿ ਹਾਲ ਜੀ ਕਬੂਲ ਕਰੋ ਕਿਉਂਕਿ ਮੇਰਾ ਗਾਲਾ ਨਹੀਂ ਚੱਲਦਾ ਪਿਆ ਤੇ 18 ਤਰੀਕ ਨੂੰ ਡੋਲੀ ਕੇ ਪਿੰਡ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਦਾ ਬਹੁਤ ਵੱਡਾ ਜਾਗੋ ਦਾ ਪ੍ਰੋਗਰਾਮ ਰੱਖਿਆ ਗਿਆ ਆ ਔਰ ਜਿਨ੍ਹਾਂ ਸੰਗਤਾਂ ਪਹੁੰਚ ਸਕਦੀਆਂ ਹਨ ਉਹ ਕਿਰਪਾ ਕਰਕੇ ਡੋਲੀ ਕੇ ਪਿੰਡ 18 ਤਰੀਕ ਨੂੰ ਸ਼ਾਮ ਨੂੰ ਜ਼ਰੂਰ ਪਹੁੰਚੋ ਉਸ ਜਾਗੋ ਦੇ ਦਰਸ਼ਨ ਦੀਦਾਰ ਕਰੋ ਔਰ ਗੁਰੂ ਪਿਆਰੇ ਸਤਸੰਗ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਔਰ ਸ਼੍ਰੀਮਾਨ 108 ਸੰਤ ਹਰਵਿੰਦਰ ਦਾਸ ਮਹਾਰਾਜ ਜੀ ਦਾ ਔਰ ਸ਼੍ਰੀਮਾਨ 108 ਸੰਤ ਬੀਬੀ ਕ੍ਰਿਸ਼ਨ ਦੇਵੀ ਜੀ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਔਰ ਸਾਰੀਆਂ
ਸਾਰੀਆਂ ਸੰਗਤਾਂ ਦਾ ਇੱਥੇ ਆਉਣ ਤੇ ਧੰਨਵਾਦ ਜੀ ਆਓ ਜਕਾਰਾ ਬੁਲਾਈਏ ਜੀ ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਗੁਰੂ ਰਵਿਦਾਸ ਜਿਹਾ ਨਹੀਂ ਆਉਣਾ ਕੋਈ ਹਮਦਰਦ ਗਰੀਬਾਂ ਦਾ ਗੁਰੂ ਰਵਿਦਾਸ ਜਿਹਾ ਨਹੀਂ ਆਉਣਾ ਕੋਈ ਹਮਦਰਦ ਗਰੀਬਾਂ ਦਾ ਗੁਰੂ ਰਵਿਦਾਸ ਜਿਹਾ ਨਹੀਂ ਆਉਣਾ ਕੋਈ ਹਮਦਰਦ ਗਰੀਬਾਂ ਦਾ ਉਹ ਜਿਸਨੇ ਕੱਟੀ ਗੁਲਾਮੀ ਸਾਡੀ ਬਦਲਿਆ ਰੰਗ ਨਸੀਬਾਂ ਦਾ ਜਿਸਨੇ ਕੱਟੀ ਗੁਲਾਮੀ ਸਾਡੀ ਬਦਲਿਆ ਰੰਗ ਨਸੀਬਾਂ ਦਾ ਸਭ ਜਨਮ ਸੀ ਸਰਕਾਰਾਂ ਹਰ ਪਾਸੇ ਪੈ ਬਣ ਮਾਰਾ ਹਰ ਪਾਸੇ ਪੈ ਬਣ ਮਾਰਾ ਹਰ ਪਾਸੇ ਪੈ ਬਣ ਮਾਰਾ ਮਨ ਆਈਆਂ ਜਾਲਮ ਕਰਦੇ ਕੋਈ ਸੁਣਦਾ ਨਹੀਂ ਪੁਕਾਰਾ ਕੋਈ ਸੁਣਦਾ ਨਹੀਂ ਪੁਕਾਰਾ ਕੋਈ ਸੁਣਦਾ ਨਹੀਂ ਪੁਕਾਰਾ ਆਖ ਸਤਿਗੁਰ ਨਹੀਂ ਆ ਸਾਰਾ ਆਖ ਸਤਿਗੁਰ ਨਹੀਂ ਸਾਰਾ ਸਹਿੰਦੇ ਦੁੱਖ ਅਜੀਬਾਂ ਦਾ ਰਵਿਦਾਸ ਜਿਹਾ ਨਹੀਂ ਆਉਣਾ ਕੋਈ ਹਮਦਰਦ ਗਰੀਬਾਂ ਦਾ ਗੁਰੂ ਰਵਿਦਾਸ ਜਿਹਾ ਨਹੀਂ ਆਉਣਾ ਕੋਈ ਹਮਦਰਦ ਗਰੀਬਾਂ ਦਾ ਸਤਿਗੁਰ ਵਿੱਚ ਮਦਾਨੇ ਆਏ ਸਾਰੇ ਜਨਮ ਸੀ ਘਬਰਾਏ ਸਾਰੇ ਜਨਮ ਸੀ ਘਬਰਾਏ ਸਾਰੇ ਜਨਮ ਸੀ ਘਬਰਾਏ ਅਜਾਂ ਪਾਪ ਦੀਆਂ ਡਿੱਗ ਪਈਆਂ ਆ ਕੇ ਸੱਚ ਦੇ ਬਿਗਲ ਵਜਾਏ ਆ ਕੇ ਸੱਚ ਦੇ ਬਿਗਲ ਵਜਾਏ ਆ ਕੇ ਸੱਚ ਦੇ ਬਿਗਲ ਵਜਾਏ ਰਾਜ ਚਰਨਾਂ ਦੇ ਵਿੱਚ ਆਏ ਰਾਜ ਚਰਨਾਂ ਦੇ ਵਿੱਚ ਆਏ ਹੋਇਆ ਸਤਿਕਾਰ ਗਰੀਬਾਂ ਦਾ ਰਵਿਦਾਸ ਜਿਹਾ ਨਹੀਂ ਆਉਣਾ ਕੋਈ ਹਮਦਰਦ ਗਰੀਬਾਂ ਦਾ ਗੁਰੂ ਰਵਿਦਾਸ ਜਿਹਾ ਨਹੀਂ ਆਉਣਾ ਕੋਈ ਹਮਦਰਦ ਗਰੀਬਾਂ ਦਾ ਕੋਈ ਰਾਹ ਛੱਡ ਕੇ ਕਰੇ ਆਨ ਕੀ ਆਸ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਬਾਬਾ ਫਰੀਦ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਨਾਮਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਤਰਲੋਚਨ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸਦਨਾ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸੈਣ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਅੰਕਾ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਪੰਕਾ ਜੀ ਮਹਾਰਾਜ ਸਮੂਹ ਸਤਿਗੁਰੂ ਮਹਾਂਪੁਰਸ਼ਾਂ ਦੇ ਪਾਵਨ ਚਰਨੋਂ ਸੇਵਾ ਅਤੇ ਸਿਮਰਨ ਕਮਾਈ ਦਾ ਧਿਆਨ ਕਰਕੇ ਜਪੋ ਜੀ ਧੰਨ ਧੰਨ ਸਤਿਗੁਰੂ ਸਵਾਮੀ ਹਰੀਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸਵਾਮੀ ਬੀਬੀ ਸਾਹਿਬ ਜੀ ਮਹਾਰਾਜ ਗੁਰਗੱਦੀ ਦੇ ਬਿਰਾਜਮਾਨ ਸਤਿਗੁਰੂ ਸਵਾਮੀ ਕ੍ਰਿਸ਼ਨਾ ਦੇਵੀ ਜੀ ਮਹਾਰਾਜ ਕੌਮ ਦੇ ਮਰਸੀ ਧੰਨ ਧੰਨ ਸਤਿਗੁਰੂ ਸਵਾਮੀ ਰਾਮਾਨੰਦ ਜੀ ਮਹਾਰਾਜ ਸਮੂਹ ਸਤਿਗੁਰੂ ਮਹਾਂਪੁਰਸ਼ਾਂ ਦੇ ਪਾਵਨ ਚਰਨੋਂ ਸੇਵਾ ਅਤੇ ਸਿਮਰਨ ਕਮਾਈ ਦਾ ਧਿਆਨ ਕਰਕੇ ਜਪੋ ਜੀ ਧੰਨ ਧੰਨ ਸਤਿਗੁਰੂ ਸਵਾਮੀ ਹਰੀਦਾਸ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸਵਾਮੀ ਬੀਬੀ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਸਤਿਗੁਰ ਅਰਦਾਸ ਮਹਾਰਾਜ ਜੀ ਆਪ ਦੇ 643ਵੇਂ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਮਹਾਰਾਜ ਡੇਰਾ ਸ਼੍ਰੀ ਅਕਸਰ ਸਤਿਗੁਰ ਸਵਾਮੀ ਹਰੀਦਾਸ ਮਹਾਰਾਜ ਜੀ ਬੁੱਪਰਾਏ ਦੇ ਮੌਜੂਦਾ ਗੁਰਦਿਨ ਸੀ ਸਤਿਗੁਰ ਸਵਾਮੀ ਕ੍ਰਿਸ਼ਨਾ ਦੇਵੀ ਜੀ ਮਹਾਰਾਜ ਦੇ ਮਹਾਰਾਜ ਜੀ ਵੱਲੋਂ
ਆਪ ਦੀ ਚਲਾਏ ਹੋਏ ਮਾਰੇ ਮਰਿਆਦਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਮਹਾਰਾਜ ਜੀ ਆਪ ਦੀ ਸ਼ੋਭਾ ਵਧਾਉਣ ਵਾਸਤੇ ਨਗਰ ਖੇੜੇ ਵਿੱਚ ਮਹਾਰਾਜ ਜਾਗੋ ਦਾ ਪ੍ਰੋਗਰਾਮ ਜੋ ਮਹਾਰਾਜ ਆਪਦਾ ਪਵਿੱਤਰ ਓਟ ਆਸਰਾ ਲੈ ਕੇ ਆਰੰਭ ਕੀਤਾ ਸੀ। ਮਹਾਰਾਜ ਜੀ ਆਪ ਜੀ ਦੀ ਮਹਾਨ ਕਿਰਪਾ ਸਦਕਾ ਮਹਾਰਾਜ ਨਿਰਵਿਘਨਤਾ ਸਹਿ ਕਾਰਜ ਸੰਪੂਰਨ ਨੇਪੜੇ ਚੜ੍ਹੇ ਹੈ। ਕਿਰਪਾ ਕਰਨੀ ਮਹਾਰਾਜ ਜੀ ਦਾ ਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਿ ਕਦਮ ਮਹਾਰਾਜ ਜੀ ਲੇਖੇ ਵਿਚਲਾਉਣਾ ਹਰ ਇੱਕ ਸੰਗਤ ਦਾ ਮਹਾਰਾਜ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਦਾ ਫਲ ਬਖਸ਼ਿਸ਼ ਕਰਨਾ ਜਿਨ੍ਹਾਂ ਵੀ ਮਨੋਕਾਮਨਾ ਲੈ ਕੇ ਮਹਾਰਾਜ ਸੇਵਾਦਾਰਾਂ ਨੇ ਸੇਵਾ ਨਿਭਾਈਆਂ ਮਨੋਕਾਮਨਾ ਪੂਰੀਆਂ ਕਰਦੀਆਂ ਚੜ੍ਹਦੀਆਂ ਕਲਾਂ ਬਖਸ਼ਣੀਆਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਨਗਰ ਖੇੜਾ ਸੁਖੀ ਵਸਾਉਣਾ ਪ੍ਰਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਦੇ ਉੱਪਰ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਬੱਚਿਆਂ ਨੂੰ ਮਹਾਰਾਜ ਜੀ ਲੰਬੀਆਂ ਉਮਰਾਂ ਵਾਲਾ ਕਰਨਾ ਵਿੱਦਿਆ ਦਾ ਦਾਨ ਆਪਣੇ ਮਾਤਾ ਪਿਤਾ ਦੇ ਅੱਗੇ ਕਾਲ 'ਚ ਰੱਖਣਾ ਮਹਾਰਾਜ ਜੀ ਆਉਣ ਵਾਲੇ ਸਮੇਂ ਵਿੱਚ ਵੀ ਆਪ ਜੀ ਦੇ ਮਹਾਰਾਜ ਸੰਗਤਾਂ ਉੱਪਰ ਇਸੇ ਤਰ੍ਹਾਂ ਮਿਹਰ ਪ੍ਰਿਆਤ ਰੱਖਣਾ ਜੀ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨੇ ਇਸੇ ਤਰ੍ਹਾਂ ਮਹਾਰਾਜ ਆਉਣ ਵਾਲੇ ਸਮੇਂ 'ਚ ਵੀ ਆਪ ਦੀਆਂ ਸੰਗਤਾਂ ਇੱਕੇ ਵਿੱਚ ਮਹਾਰਾਜ ਜੁੜੀਆਂ ਰਹਿਣ ਸੀ ਕਿਰਪਾ ਕਰਨੀ ਕਰੋ ਕਿਰਪਾ ਮਹਾਰਾਜ ਇਸ ਵੇਲੇ ਆਪਣੀਆਂ ਲਾਲੀਆਂ ਸੰਤਾਂ ਨੂੰ ਛੁੱਟੀਆਂ ਬਖਸ਼ੋ ਜੀ ਆਉਣ ਵਾਲੇ ਸਮੇਂ ਵਿੱਚ ਵੀ ਸੇਵਾਦਾਰਾਂ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਸੇਵਾ ਦਾ ਫਲ ਬਖਸ਼ਣਾ ਸੁੱਖ ਹੋਵੇ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਧੰਨ ਧੰਨ ਸਤਿਗੁਰ ਸਵਾਮੀ ਹਰੀਦਾਸ ਮਹਾਰਾਜ ਜੀ ਧੰਨ ਧੰਨ ਸਤਿਗੁਰ ਸਵਾਮੀ ਬੀਬੀ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਨਾਮ ਦੀ ਹੋਵੇ ਚੜ੍ਹਦੀ ਕਲਾ ਕੱਟਦੀ ਪੀੜਾ ਤੇਰੇ ਪਾਣੇ ਸਰਬੱਤ ਦਾਈ ਭਲਾ ਸ਼ਲੋਕ ਹਰ ਸੋ ਹੀਰਾ ਸਾਡੀ ਕੈ ਰਵਿਦਾਸ ਐਸਾ ਜਾਣੋ ਰਾਜ ਮੈਂ ਜਾ ਮਿਲੇ ਸਬਰ ਕੋ ਅੰਨ ਛੋਟੇ ਬੜੇ ਸਭ ਸਮਸੇ ਰਵਿਦਾਸ ਰੇ ਪਰਸਾਨ ਰਵਿਦਾਸ ਜਿਹੇ ਗ੍ਰੰਥ ਹੈ ਪੜੇ ਸੁਣੇ ਮਨ ਲਾਏ ਸਭੀ ਪਦਾਰਥ ਮਿਲੇਂਗੇ ਇਸੇ ਸਭ ਵਰ ਪਾਏ ਬੋਲੇ ਸੋ ਨਰ ਪਹਿ ਜਗਰੋ ਸਤਿਗੁਰ ਸਵਾਮੀ ਹਰੀਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਪੈ ਸਤਿਗੁਰ ਸਵਾਮੀ ਬੀਬੀ ਸਾਹਿਬ ਜੀ ਮਹਾਰਾਜ ਕੀ ਜੈ ਬੋਲੇ ਸੋ ਨਿਰਪੈ ਕੌਂਦੇ ਮਰਸੀ ਸਤਿਗੁਰ ਸਵਾਮੀ ਰਾਮਾਨੰਦ ਮਹਾਰਾਜ ਕੀ ਜੈ ਸਰਬ ਭੇਖ ਭਗਵਾਨ ਕੀ ਜੈ ਸ਼੍ਰੀ ਰਵਿਦਾਸ ਸ਼ਕਤੀ ਸ਼੍ਰੀ ਗੁਰੂ ਰਵਿਦਾਸ ਸ਼ਕਤੀ ਸ਼੍ਰੀ ਗੁਰੂ ਰਵਿਦਾਸ ਸ਼ਕਤੀ ਸ਼੍ਰੀ ਗੁਰੂ ਰਵਿਦਾਸ ਸ਼ਕਤੀ ਸ਼੍ਰੀ ਰਵਿਦਾਸ ਸ਼ਕਤੀ ਬੋਲੇ ਸੋ ਨਿਰਪੈ ਜਗਤ ਰਵਿਦਾਸ ਮਹਾਰਾਜ ਕੀ ਜੈ ਸਰਬ ਭੇਖ ਭਗਵਾਨ ਕੀ ਜੈ ਗੁਰਦੇਵ ਧੰਨ ਗੁਰਦੇਵ ਭੁੱਲ ਨਾ ਜਾਇਓ ਕੌਮ ਦਿਓ ਲੋਕੋ ਉਦੋਂ ਕੌਣ ਤੁਹਾਡਾ ਸੀ ਨਾ ਕੋ ਦੇਵੀ ਦੇਵਤਾ ਬਣਿਆ ਨਾ ਕੋਈ ਪੀਰ ਤੁਹਾਡਾ ਸੀ ਜਿਸਨੇ ਆ ਕੇ ਗਲ ਨਾਲ ਲਾਇਆ ਜਿਸਨੇ ਆ ਕੇ ਗਲ ਨਾਲ ਲਾਇਆ ਚੱਲਿਆ ਦੁੱਖ ਅਜੀਬਾਂ ਦਾ ਕੌਮ ਤੇ ਜੋ ਅਹਿਸਾਨ ਗੁਰੂ ਨੂੰ ਕਦੇ ਵੀ ਭੁੱਲੋ।